पंजाब में पंचायत चुनावों की घोषणा के साथ ही गांवों में राजनीतिक सरगर्मियां बढ़ गई हैं। अपना कार्यकाल पूरा करने जा रहे सरपंचों पर पंचायत को मिले फंड का सही उपयोग न करने के आरोप लग रहे हैं। फाजिलका जिले के गांव नूर मोहम्मद की सरपंच परमजीत कौर भी ग्रामीणों के निशाने पर है। ग्रामीण शमशान घाट गलियों और नाले के लिए आए रकम का सही उपयोग न होने की बात कह रहे हैं। इस संबंध में फाजिलका के ADC के पास शिकायत भी की गई है। सरपंच पति परमजीत सिंह इन सभी आरोपों को बेबुनियाद बता रहे हैं। आइए दोनों पक्षों और प्रशासन की बात सुनते हैं। ਪਛਾਣ ਕਾਰਡ ਤੇ ਇਹ ਹੈਗਾ ਜੀ, ਇੱਥੇ 2 ਲੱਖ ਰੁਪਈਆ ਸਰਪੰਚ ਨੇ ਸ਼ੋਅ ਕੀਤਾ, ਪਰ ਕਿਤੇ ਵੀ ਸਾਨੂੰ ਦਿਖਾ ਦਿਓ, ਕਿਤੇ ਵੀ ਲਾਇਆ ਨਹੀਂ ਗਿਆ। ਗਰਾਂਟਾਂ ਇਹਨੇ ਕਾਗਜ਼ਾਂ 'ਚ ਪੂਰੀਆਂ ਕਰਤੀਆਂ, ਪਰ ਅੱਜ ਤੱਕ ਸਾਨੂੰ ਸਾਬਤ ਕਰ ਦਿਓ ਵੀ ਇਹ ਗਰਾਂਟ ਲਾਈ ਕਿੱਥੇ, ਜਿਹੜਾ ਕਾਗਜ਼ਾਂ 'ਚ ਪੂਰਾ ਕੀਤੀ ਬੈਠਾ ਪਿਆ ਹੈਗਾ, ਜਿਹੜੀ ਗਰਾਂਟ ਜੋ ਆਈ ਹੈ। ਨੂਰ ਮੁਹੰਮਦ ਹੈਗੀ, ਚਾਰ ਪਿੰਡਾਂ 'ਚ ਇਕੱਠੀ ਪੰਚਾਇਤ ਹੈਗੀ ਹੈ, ਮੁੰਬੇ ਕੀ ਕਾਦਰ ਬਖਸ਼ ਤੇ ਨੂਰ ਮੁਹੰਮਦ, ਚਾਰ ਪਿੰਡਾਂ 'ਚ। ਹਾਂਜੀ, ਕੁਛ ਵੀ ਨਹੀਂ ਕਰਾਇਆ ਇਹਨੇ, ਜੋ ਇੰਨੀਆਂ ਗਰਾਂਟਾਂ ਆਈਆਂ ਕਾਗਜ਼ਾਂ ਪੂਰੀਆਂ ਕਰਤੀਆਂ, ਪਰ ਕਿਤੇ ਵੀ ਸਾਨੂੰ ਦਿਖਾ ਦਿਓ, ਸਾਬਤ ਕਰ ਦਿਓ ਵੀ ਆਹ ਗਰਾਂਟ ਅਸੀਂ ਇੱਥੇ ਇੰਨੀ ਲਾਈ ਹੈ, ਕਿਤੇ ਵੀ ਸਾਡੀ ਕੋਈ ਵੀ ਸੁਣਾਈ ਨਹੀਂ ਹੋ ਰਹੀ। ਅਸੀਂ ਇਨਸਾਫ਼ ਚਾਹੁੰਦੇ ਜੀ, ਸਾਨੂੰ ਬਸ ਇਨਸਾਫ਼ ਮਿਲਣਾ ਚਾਹੀਦਾ। ਜੋ ਸਾਡੇ ਪਿੰਡ ਦੇ ਗਰਾਂਟ ਆਈ, ਜਿੰਨੀ ਵੀ ਆਈ ਹੈ, ਸਾਨੂੰ ਬਸ ਉਸ ਗਰਾਂਟ ਗਲੀਆਂ ਛੱਪੜ ਦੀ 20 ਲੱਖ ਰੁਪਇਆ ਆਈ ਹੈ। ਅੱਛਾ, ਇਹ ਜੀ ਸਾਨੂੰ ਨਹੀਂ ਪਤਾ, ਛੱਪੜ ਦਾ ਬੋਲਿਆ ਕਿ ਮੈਂ ਖਾਸ ਕਰ ਦੂੰਗਾ, ਇਹਦਾ ਪੇਪਾ ਪਾਊਂਗਾ, ਪੇਪਾ ਪੂਪਾ ਕੋਈ ਨਹੀਂ ਪਾਈਆਂ। ਆ ਪਾਣੀ ਦਾ ਸਾਡੇ ਵਿੱਚ ਕਈ ਤਰ੍ਹਾਂ ਘਰ ਡੁੱਬਦੇ ਰਹਿੰਦੇ ਨੇ, ਮੇਰੇ ਆਪਦੇ ਮਕਾਨ ਮਗਲੀ ਨੀਂਹ ਬਹਿ ਗਈ ਇਸੇ ਪਾਣੀ ਦੀ ਵਜ੍ਹਾ ਨਾਲ, ਤੇ ਮਕਾਨ ਮੇਰੇ ਪਾਟੇ ਹੋਏ, ਤੁਸੀਂ ਵੇਖ ਸਕਦੇ ਜੁੜੇ ਨਾਲ। ਪਿੰਡ ਵਿੱਚ ਉਹਨੇ ਪੂਰੇ ਕਰੇ ਹੀ ਨਹੀਂ ਨੇ ਨਾ ਗਰਾਂਟਾਂ, ਉਹਨੇ ਸਾਨੂੰ ਦੱਸਿਆ ਹੀ ਨਹੀਂ ਪੂਰਾ। ਸਾਇਨ ਕਰਾਉਂਦਾ ਸੀ ਵੀ, ਕਹਿੰਦਾ ਸੀ ਕੰਮ ਕਰਾਉਣਾ ਨਰੇਗੇ ਦਾ ਜਾਂ ਆਏ ਵਾਲਾ ਕਰਾਉਣਾ, ਬਾਕੀ ਉਹਨੇ ਸਾਨੂੰ ਦੱਸਿਆ ਨਹੀਂ। ਦਿਲ ਦਾ ਫੇਰ ਵੀ ਮੈਂ ਇਸ ਖਾਤੇ ਪੈਸਾ, ਮੇਰਾ ਗ੍ਰਾਂਟ ਮਿਲ ਰਹੀ ਹੈ ਇਸ ਖਾਤੇ ਮਿਲੀ, ਕੋਈ ਨਹੀਂ ਉਹਨੇ ਦੱਸਿਆ ਸਾਨੂੰ। ਉਹਨੇ ਬਣਾਇਆ ਸੀ ਵੀ 50-50 ਨਗ ਬਣਾਇਆ ਸੀ, ਕੋਈ ਉਹਨਾਂ ਦਾ ਥੋੜਾ ਜਿਹਾ ਬਣਾਇਆ, ਬਿੱਲ ਕੋਈ ਕੜਾ ਨਹੀਂ ਸੀਗਾ। ਹਾਂਜੀ, ਭਾਂਡੇ ਬਣਾਏ ਨੇ, ਉਹ ਤੇ ਬਿੱਲ ਜਿੰਨਾ ਮਰਜ਼ੀ ਇਹਨੇ ਬਣਾ ਕੇ ਦਿੱਤਾ। ਕਹਿਣਾ ਕੀ ਚਾਹੁੰਦੇ ਜੀ, ਮੌਕਾ ਦੇਖਿਆ ਜਾਵੇ, ਸਾਡੇ ਕੰਮ ਹੋਈ ਨਹੀਂ, ਕੋਈ ਕੰਮ ਨਹੀਂ ਹੋਇਆ, ਇਹ ਤਾਂ ਜੀ ਸਰਪੰਚ ਨੂੰ ਪੁੱਛਿਆ ਜਾਵੇ। ਸਾਡੇ ਗੱਲ ਹੀ ਨਹੀਂ ਕੀਤੀ ਜੀ ਕਿਸੇ ਨੇ, 5 ਸਾਲ ਹੋ ਗਏ ਜੀ ਲਾਰੇ ਚ ਰੱਖਿਆ, ਮੇਰੇ ਚੱਲ ਅੱਜ ਹੋ ਜਾਂਦਾ ਸਵੇਰੇ ਹੋ ਜਾਂਦਾ, ਕੰਮ ਕੋਈ ਹੋ ਨਹੀਂ ਰਿਹਾ। 3 ਪਿੰਡ ਨੇ, ਨਿਊ ਮੁੰਬੇ ਕੀ ਕਾਦਰ ਬਖਸ਼ ਨੂਰ ਮੁਹੰਮਦ, ਜੋ ਆਈ ਹੈ ਸਰ ਮਹਿਕਮੇ ਨੂੰ ਪਤਾ, ਉਹਦੇ ਤੁਸੀਂ ਪੜਤਾਲ ਕਰ ਲਓ, ਜੋ ਵੀ ਹੈ 32-33 ਦੇ ਕਰੀਬ ਆਈ ਹੈ ਜੀ। ਮੈਂ CCD ਆਈ ਸੀ ਛੱਪੜਾਂ ਦੀ ਚਾਰ ਦੁਆਰੀ, ਠੀਕ ਹੈ, ਅਤੇ 51 ਅਲੱਗ ਅਲੱਗ ਜਿਵੇਂ ਇਕੱਠੇ ਹੀ ਹੈ ਸਾਰਾ ਪੈਸਾ, ਜਿੰਨਾ ਗਰਾਂਟ ਪਹਿਲੇ CCD ਆਈ ਸੀ ਜੀ, ਉਹਦੀ ਸੜਕਾਂ ਬਣਾ ਤੀਆਂ ਜੀ। ਉਹ ਸੰਗਤ ਦਰਸ਼ਨ ਵਿੱਚ 19.75 ਸੀ ਜੀ, ਉਹਦੇ ਛੱਪੜ ਅਤੇ ਆਪਣਾ ਲੋਕ ਟਾਇਰ ਕੰਮ ਕਰਾਏ ਨੇ, ਤੁਸੀਂ ਦੇਖ ਲਓ ਕੰਮ ਮੌਕਾ ਆਉਂਦਾ ਜਿੱਥੇ ਵੀ ਤੁਹਾਨੂੰ MB 'ਚ ਦਰਜ ਨੇ ਸਰ। ਮੈਂ ਤੁਸੀਂ ਮੌਕਾ ਦੇਖੋ ਜਿੱਥੇ ਜਿਹੜੀ ਪੈਸਾ ਲਾਇਆ ਦਾ, ਬਾਕੀ ਅਫਸਰਾਂ ਨੇ ਸਾਰੇ ਚੈੱਕ ਕੀਤਾ, ਹਰ ਵਾਰ ਟੀਮਾਂ ਆਈਆਂ ਨੇ ਜੋ ਵੀ ਉਹਨਾਂ। ਮੇਰੇ ਕੋਲ ਇਹਨਾਂ ਦੀ ਸ਼ਿਕਾਇਤ ਆਈ ਸੀਗੀ, ਉਹਦੇ ਸੰਬੰਧ 'ਚ ਅਸੀਂ ਰਿਕਾਰਡ ਮੰਗਾਇਆ ਔਰ ਰਿਕਾਰਡ ਦੀ ਘੋਖ ਕਰ ਰਹੇ ਹਾਂ। ਉਹ ਡਿਸੀਜਨ ਇਹ ਲਿਆ ਗਿਆ ਕਿ ਇਹਨਾਂ ਦੀ ਜ਼ਿਆਦਾ ਜਿਹੜੀ ਆ ਵੀ ਗਰੰਟਾਂ ਦੇ ਵਿੱਚ ਹੇਰਾਫੇਰੀ ਬਾਰੇ ਦੱਸਿਆ ਗਿਆ, ਅਤੇ ਇਹ ਕਿਹਾ ਗਿਆ ਕਿ ਅਸੀਂ ਪਿੰਡ 'ਚ ਕੰਮ ਨਹੀਂ ਹੋਏ ਤਾਂ ਸ਼ਾਇਦ ਤਾਂ, ਪਰ ਅਸੀਂ ਉਹਦੀ ਇਨਕੁਆਇਰੀ ਜਿਹੜੀ ਆ ਉਹ ਐਕਸ਼ਨ ਪੰਚਾਇਤੀ ਰਾਜ ਤੋਂ ਕਰਵਾ ਰਹੇ ਹਾਂ, ਉਹਨਾਂ ਤੋਂ ਰਿਪੋਰਟ ਆਉਣ 'ਤੇ ਇਹ ਸਾਰੀ ਜਿਹੜੀ ਆ ਉਹ ਕਲੀਅਰ ਇਹਨਾਂ ਦੀ ਇਨਕੁਆਇਰੀ ਹੋ ਜੂਗੀ, ਉਹ 'ਚ ਜੋ ਵੀ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਊਗੀ। ਦੋਸਤੋ, ਵੀਡੀਓ ਕੋ ਲਾਈਕ ਕਰੇ, ਸ਼ੇਅਰ ਕਰੇ ਔਰ ਆਪਣੀ ਰਾਏ ਵੀ ਕਮੈਂਟ ਬਾਕਸ ਮੇਂ ਦਰਜ ਕਰਾਏ। हमारे चैनल को सब्सक्राइब करके बेल आइकॉन को दबा दें ताकि हमारे हर एक नए वीडियो की जानकारी सबसे पहले आपको मिल सके। धन्यवाद।